ਉਹ ਮੈਨੂੰ ਤੇ ਉਹ ਵੀ ਸੁਣਦੀਆਂ ਜਿਹੜੀਆਂ ਕੰਜਰੀਆਂ ਨੇ ਕਦੀ ਮੌਲਵੀ ਸੁਣੇ ਹੀ ਨਹੀਂ ਸੀ। ਅੱਲਾ ਜਾਨ ਜਿੰਨਾ ਕਦੀ ਮੌਲਵੀ ਨਹੀਂ ਸੁਣੇ ਟਿਕ ਟੋਕ ਤੇ ਉਹ ਵੀ ਸੁਣਦੀਆਂ। ਹਾਂ ਸੱਚੀ ਗੱਲ ਕਿਉਂ ਜੀ ਉਮਰ ਸਾਹਿਬ ਤੇ ਅੱਲਾ ਜਾਣਦਾ ਸਾਡਾ ਤੇ ਪੈਗਾਮ ਇੰਜੀ ਪਹੁੰਚਦਾ ਰਹਿਣਾ ਕਿਉਂ ਵੀ ਪੈਂਟ ਸ਼ਰਟ ਹਾਂ ਚੀਗਮ ਨਾ ਖਾਇਆ ਕਰੋ ਬਬਲ ਨਾ ਖਾਇਆ ਕਰੋ ਮੇਰੇ ਪੁੱਤਰੋ ਸਾਹਮਣੇ ਮੂੰਹ ਹਲਾਈ ਆਉਂਦੇ ਤਕਰੀਰ ਸੁਣੋ ਜ਼ਰਾ ਧਿਆਨ ਨਾਲ ਮੇਰੀ ਨਜ਼ਰ ਬੜੀ ਤੇਜ਼ ਹੁੰਦੀ ਹੈ ਧਿਆਨ ਕਰਿਆ ਕਰੋ ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਭਾਈਓ ਇਮਾਮਨ ਇੱਧਰ ਧਿਆਨ ਕਰ ਉੱਥੇ ਲੱਤ ਲੱਗੇ ਤੂੰ ਲਾਲ ਕੁੜਤੇ ਵਾਲਾ ਆਈਟਮ ਬਹਿ ਗਿਆ ਹੁਣ ਮੈਂ ਤੇਰੀ ਕਲਾਸ ਲਾਵਾਂਗਾ ਜੇ ਤੂੰ ਇੰਜ ਕਰੇਂਗਾ ਅੱਲਾ ਜਾ ਹਰਜ਼ ਕਰਨਾ ਚਾਹ ਰਿਹਾ ਮੁਸਲਮਾਨੋ ਇਮਾਮ ਅੰਬੀਆ ਨੂੰ ਮਾਨਣੇ ਵਾਲੋ ਅੱਜ ਹੱਥ ਖੜੇ ਕਰਕੇ ਜਿਤਨੇ ਬੰਦੇ ਵਾਅਦਾ ਕਰਦੇ ਨੇ ਕਿ ਅਸੀਂ ਇਨਸ਼ਾਅੱਲਾ ਇਸ ਮੁਲਕ ਦੇ ਕਾਨੂੰਨ ਦਾ ਇਹਤਰਾਮ ਕਰਾਂਗੇ। ਕਿੰਨਵੀਂ ਕਾਨਫਰੰਸ ਤੇ ਸਾਰਿਆਂ ਦੀ ਮਨਜ਼ੂਰੀ ਲਈ ਹੈ। ਅਸੀਂ ਕਦੀ ਬਗੈਰ ਮਨਜ਼ੂਰੀ ਤੋਂ ਜਲਸਾ ਕੀਤਾ? ਕਰਨਾ ਵੀ ਚਾਹੀਏ। ਇੰਨੇ ਬੰਦੇ ਅਸੀਂ ਸੜਕ 'ਤੇ ਲੈ ਕੇ ਖਲੋ ਜਾਈਏ, ਸਾਨੂੰ ਮਨਜ਼ੂਰੀ ਦੀ ਕੀ ਲੋੜ? 7 ਘੰਟੇ ਤਾਂ ਮੈਂ ਇਕੱਲਾ ਹੀ ਬੋਲੀ ਜਾਣਾ। ਸਾਨੂੰ ਧਰਨਾ ਦੇਣਾ ਤਾਂ ਔਖਾ ਹੀ ਕੋਈ ਨਹੀਂ, ਪਰ ਅਸੀਂ ਅੱਲਾ ਜਾਣਦਾ ਮੁਲਕ ਦਾ ਨਿਜ਼ਾਮ ਨਹੀਂ ਖਰਾਬ ਕਰਨਾ ਚਾਹੁੰਦੇ। ਮੈਨੂੰ ਬੜੀ ਮੀਡੀਆ ਵਾਲੇ ਐਕਸਪ੍ਰੈਸ ਬੜੀਆਂ ਅਖਬਾਰਾਂ ਵਾਲੇ ਜੀ ਨਿਊਜ਼ ਵਾਲੇ ਕਹਿੰਦੇ ਜੀ ਆਪ ਇੱਕ ਇੰਟਰਵਿਊ ਦੇਣੇ ਆਏ, ਆਪ ਇੱਧਰ ਬੈਠੇ। ਮੈਂ ਕਿਹਾ ਮੈਂ ਅਜੇ ਗਨਮੈਨ ਤੋਂ ਬਿਨਾਂ ਫਿਰਨਾ ਚਾਹੁੰਦਾ, ਮੈਂ ਨਹੀਂ ਜਾਂਦਾ ਕਿਸੇ ਕੋਲ, ਮੈਨੂੰ ਕੀ ਲੋੜ, ਕਿਉਂ ਜਾਵਾਂ? ਮੇਰੇ ਵਾਸਤੇ ਇੰਨੇ ਬੈਠੇ ਨੇ ਰੋਜ਼ 2-2, 3-3 ਜਲਸੇ ਕਰਨਾ, ਮੈਨੂੰ TV 'ਤੇ ਆ ਕੇ ਗੱਲਾਂ ਕਰਨ ਦੀ ਕੀ ਲੋੜ? ਮੇਰਾ ਮਿਸ਼ਨ ਹੈ ਕਮਲੀ ਵਾਲੇ ਦੀ ਵਕਾਲਤ ਕਰਨਾ, ਹਜ਼ੂਰ ਦਾ ਦੀਨ ਡਾਕੀਆ ਬਣਾ ਕੇ ਗਲੀ ਗਲੀ ਪਹੁੰਚਾਉਣਾ। ਅੱਲਾ ਜਾਣਦਾ ਇਹ ਮੇਰੇ ਜਿਹੜੇ ਨੌਜਵਾਨ, ਇਹ ਮੇਰੇ ਜਨਾਬ ਅਖਬਾਰੀ ਰਿਪੋਰਟਰ ਨੇ, ਇੱਕ ਤਕਰੀਰ ਹੁੰਦੀ ਹੈ ਸਾਰੇ ਮੋਬਾਈਲ 'ਚ ਸ਼ੇਅਰ ਕਰੀ ਆਉਂਦੇ ਨੇ।